ਅਸੀਂ ਨੂਰ ਮਹਿਲ ਤੋਂ ਚੱਲ ਕੇ ਲੁਧਿਆਣੇ ਤੱਕ, ਲੁਧਿਆਣੇ ਜਾ ਕੇ ਖਤਮ ਹੋ ਕੇ ਸਮਰਾਲ ਤੇ ਫਿਰ ਵਾਪਸੀ ਆ। ਮੰਗ ਸਾਡੀ ਇਹੀ ਆ, ਬਿੱਲ ਰੱਦ ਹੋ ਜਾਣੇ ਚਾਹੀਦੇ ਆ, ਬਸ ਇਹੀ ਆ। ਹਾਂਜੀ ਕਿੱਦਾਂ ਜੀ, ਪਤਾ ਨਹੀਂ ਹਲੇ ਕਿੰਨਾ ਟਾਈਮ। ਮੇਰਾ ਨਾਂ ਹਰਜੋਤ ਸਿੰਘ, ਸਾਡਾ ਪਿੰਡ ਫਰਵਾਲਾ ਆ ਜੀ, ਅਤੇ ਅਸੀਂ ਆਹ ਜਿਹੜਾ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਆਹ ਰੋਡ ਮਾਰਚ ਕੱਢ ਰਹੇ ਹਾਂ ਕਿ ਕਿਸਾਨ ਵੱਧ ਤੋਂ ਵੱਧ ਮਾਤਰਾ ਦੇ ਵਿੱਚ, ਜ਼ਿਆਦਾ ਸੰਖਿਆ ਦੇ ਵਿੱਚ ਦੁਬਾਰਾ ਦਿੱਲੀ ਪਹੁੰਚ ਸਕਣ, ਕਿਉਂਕਿ ਉੱਥੇ ਪਹਿਲਾਂ ਹੀ ਬਹੁਤ ਇਕੱਠ ਆ। ਹੋਰ ਬਾਕੀ ਜਿਹੜੇ ਸਾਡੇ ਵੀਰ ਰਹਿ ਗਏ ਆ ਉਹ ਵੀ ਦਿੱਲੀ ਵਿੱਚ ਜਾ ਕੇ ਆਪਣਾ ਯੋਗਦਾਨ ਪਾਉਣ, ਅਤੇ ਜਿਹੜੀਆਂ ਜ਼ਾਲਮ ਸਰਕਾਰਾਂ ਆ ਉਹਨਾਂ ਦੇ ਕੰਨਾਂ ਦੇ ਵਿੱਚ ਗੱਲ ਪਾਈ ਜਾ ਸਕੇ ਵੀ ਜਿਹੜੇ ਕਾਲੇ ਕਾਨੂੰਨ ਜੱਟਾਂ ਦੇ ਥੋਪੇ ਆ ਇਹਨਾਂ ਨੂੰ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ ਕਰਾਵਾਂਗੇ, ਇਸ ਨੂੰ ਰੱਦ ਕਰਾ ਕੇ ਹਟਾਂਗੇ। ਅਤੇ ਉਹ ਮੀਡੀਆ ਜਿਹੜਾ ਵਾਰ ਵਾਰ ਸਾਨੂੰ ਕਦੀ ਖਾਲਿਸਤਾਨੀ, ਕਦੀ ਅੱਤਵਾਦੀ, ਕਦੀ ਗੁੰਮਰਾਹ ਹੋਏ ਦੱਸਦਾ ਆ, ਉਹਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਖਾਲਿਸਤਾਨੀ ਨਹੀਂ, ਅੱਤਵਾਦੀ ਨਹੀਂ, ਬਲਕਿ ਉਹ ਮੀਡੀਆ ਆਪ ਮੋਦੀ ਦਾ ਪਾਲਤੂ ਕੁੱਤਾ ਆ ਜਿਹੜਾ ਸਾਨੂੰ ਜ਼ਿਮੀਂਦਾਰਾਂ ਨੂੰ, ਜੱਟਾਂ ਨੂੰ ਬਦਨਾਮ ਕਰਨ 'ਤੇ ਤੁਲਿਆ ਹੋਇਆ ਆ। ਅਸੀਂ ਨੂਰ ਮਹਿਲ ਤੋਂ ਚੱਲੇ ਸੀ, ਸਾਡੇ ਕੋਲ ਲਗਭਗ 300 ਦੇ ਕਰੀਬ ਟਰੈਕਟਰ ਆ ਪਿੰਡਾਂ 'ਚੋਂ ਜੁੜਦੇ ਗਏ, ਸਾਡਾ ਪਿੰਡ ਫਰਵਾਲਾ 20 ਟਰੈਕਟਰ ਸਾਡੇ ਪਿੰਡ ਫਰਵਾਲੇ 'ਚੋਂ ਆਏ ਆ, ਅਤੇ ਅਸੀਂ ਨੂਰ ਮਹਿਲ ਤੋਂ ਲੈ ਕੇ ਲੁਧਿਆਣੇ ਵਿੱਚ ਇਹ ਪੂਰਾ ਰੋਡ ਸ਼ੋਅ ਕਰਨਾ ਆ ਜੀ। ਜਥੇਦਾਰ ਕਸ਼ਮੀਰ ਸਿੰਘ, ਮੁੱਖ ਬੁਲਾਰਾ ਭਾਰਤੀ ਕਿਸਾਨ ਯੂਨੀਅਨ ਬਲਬੀਰ ਸਿੰਘ, ਰਾਜੇਵਾਲ, ਜ਼ਿਲ੍ਹਾ ਜਲੰਧਰ। ਇਹ ਅਸੀਂ ਨੂਰ ਮਹਿਲ ਜ਼ਿਲ੍ਹਾ ਜਲੰਧਰ ਦੁਆਬੇ 'ਚੋਂ ਸ਼ੁਰੂ ਹੋਇਆ, ਦਾਣਾ ਮੰਡੀ ਨੂਰ ਮਹਿਲ ਤੋਂ। ਅੱਜ ਦਾ ਰੋਸ ਮਾਰ ਜਿਹੜਾ ਇਹ ਲੋਕਾਂ ਨੂੰ ਜਾਗਰਤ ਕਰਨ ਵਿੱਚ ਲੁਧਿਆਣੇ ਵਿੱਚ ਆ ਕਿ ਜੋ ਲੋਕ ਭਾਜਪਾ ਦੇ ਆਗੂ ਜੋ ਗਲਤ ਸ਼ਬਦਾਵਲੀ ਵਰਤ ਕੇ ਸਾਡੇ ਸੰਘਰਸ਼ ਨੂੰ ਤਾੜ ਪੀੜੋ ਕਰਨਾ ਚਾਹੁੰਦੇ ਨੇ, ਇਸ ਕਰਕੇ ਇਹਨਾਂ ਨੂੰ ਦੱਸਣ ਆਏ ਹਾਂ ਬਈ ਅੱਜ ਪੰਜਾਬ ਦਾ ਕਿਸਾਨ ਇੰਨਾ ਤਪਿਆ ਆ, ਤੁਸੀਂ ਸਾਡੇ ਖਿਲਾਫ਼ ਗਲਤ ਸ਼ਬਦਾਵਲੀ ਵਰਤ ਕੇ ਤੁਸੀਂ ਗਲਤ ਪੰਜਾਬ ਦੇ ਵਿੱਚ ਅੱਗ ਨਾ ਬਾਲ ਦਿਓ ਕਿਤੇ, ਕਿਉਂਕਿ ਸਾਡੇ ਕਿਸਾਨਾਂ 2-2 ਲੱਖਾਂ ਰੋਜ਼ ਆ ਰਹੀਆਂ ਦਿੱਲੀ ਦੇ ਵਿੱਚੋਂ, ਇਹ ਇੱਥੇ ਸ਼ਬਦਾਵਲੀ ਵਰਤ ਕੇ ਸਾਡੇ ਜ਼ਖਮਾਂ 'ਤੇ ਨਿਮਕ ਪਾ ਰਹੇ ਨੇ। ਇਸ ਕਰਕੇ ਪ੍ਰਸ਼ਾਸਨ ਨੂੰ ਲਿਖ ਕੇ ਦੇਣ ਜਾ ਰਹੇ ਹਾਂ ਵੀ ਜਾਂ ਇਹਨਾਂ ਦੇ ਪ੍ਰੋਗਰਾਮ 'ਤੇ ਮੁਕੰਮਲ ਤੌਰ 'ਤੇ ਰੋਕ ਲਾਈ ਜਾਵੇ ਇਹਨਾਂ ਨੂੰ ਗਲਤ ਬੋਲਣ ਤੋਂ। ਜੇ ਤੁਸੀਂ ਨਾ ਰੋਕਿਆ ਤਾਂ ਅਸੀਂ ਰੋਕਾਂਗੇ, ਹਰ ਰੋਜ਼ ਇਹਨਾਂ ਦਾ ਘਰਾਓ ਕਰਾਂਗੇ, ਇਹਨਾਂ ਦੇ ਘਰਾਂ ਦੇ ਮੋਹਰੇ ਨੇ ਕਿਸਾਨ ਵੇਚਵਾਂਗੇ। ਇਸ ਕਰਕੇ ਸਾਡਾ ਸੰਘਰਸ਼ ਦਿੱਲੀ ਵਿੱਚ ਸ਼ਾਂਤੀਪੂਰਵਕ ਚੱਲ ਰਿਹਾ, ਅਸੀਂ ਉਹ ਸੰਘਰਸ਼ ਸ਼ਾਂਤੀਪੂਰਵਕ ਰੱਖਣਾ ਚਾਹੁੰਦੇ ਹਾਂ, ਪਰ ਜੇ ਇਹ ਨਾ ਹਟੇ ਤੇ ਫਿਰ ਸਾਡੇ ਕੋਲੋਂ ਸਹਿਣ ਨਹੀਂ ਕੀਤਾ ਜਾਊਗਾ। ਅੱਜ ਅਸੀਂ ਦਾਣਾ ਮੰਡੀ ਨੂਰ ਮਹਿਲ ਤੋਂ ਚੱਲੇ ਹਾਂ ਅਤੇ ਸ਼ਹਿਰ ਵਿੱਚ ਪੋਲੋ ਹੋਸਪਿਟਲ ਤੋਂ ਥੱਲੇ ਸ਼ਹਿਰ ਵਿੱਚ ਐਂਟਰੀ ਕਰ ਜਾਣੀ ਆ, ਅਤੇ ਫਿਰ ਅਸੀਂ ਸਿੱਧੇ ਮੁੜ ਕੇ ਘੰਟਾ ਘਰ ਕੋਲ ਦੀ ਟਰੈਕਟਰ ਸਾਡੇ ਵਾਪਸ ਆਉਣਗੇ ਅਤੇ ਅਸੀਂ ਡੀ ਸਾਹਿਬ ਨੂੰ ਮੰਗ ਪੱਤਰ ਦੇਣ ਜਾਵਾਂਗੇ। Subscribe to our YouTube channel News DNN by clicking the bell icon. Don't forget to like, comment and share.